ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਲੇਸ਼ੀਆ ਐਡਮਿਨ ਟੀਮ ਵੱਲੋਂ, ਅਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਜਿੱਦਾਂ ਤੁਸੀਂ ਪਹਿਲਾਂ ਸਾਡੀਆਂ ਇੰਨੀਆਂ ਵੀਡੀਓ ਸ਼ੇਅਰ ਕੀਤੀਆਂ, ਅਤੇ ਮੈਨੂੰ ਉਮੀਦ ਹੈ ਤੁਸੀਂ ਇਹ ਵੀ ਵੀਡੀਓ ਮੇਰੀ ਸ਼ੇਅਰ ਕਰੋਗੇ। ਅਤੇ ਗੱਲ ਕਰਨੀ ਅੱਜ ਤੁਹਾਡੇ ਨਾਲ ਸਪੈਸ਼ਲ, ਜਿਹੜੇ ਕੁੜੀਆਂ ਮੁੰਡੇ ਜੇਲ੍ਹਾਂ 'ਚ ਫਸੇ ਗਲਤ ਏਜੰਟਾਂ ਥਰੂ ਮਲੇਸ਼ੀਆ ਦੇ ਵਿੱਚ ਆਏ ਆ, ਉਸ ਤੋਂ ਬਾਅਦ 'ਚ ਉਹਨਾਂ ਨੂੰ ਇਮੀਗ੍ਰੇਸ਼ਨ ਫੜ ਲੈਂਦੀ ਆ, ਫਿਰ ਉਹ ਸਜ਼ਾ ਵੀ ਪੂਰੀ ਹੋ ਗਈ ਉਹਨਾਂ ਦੀ, ਉਹ ਹਜੇ ਤੱਕ ਵੀ ਕੈਂਪਾਂ ਦੇ ਵਿੱਚ ਆ। ਲੋਕਡਾਊਨ ਹੋਣ ਕਰਕੇ ਥੋੜ੍ਹੀ ਪ੍ਰੋਬਲਮ ਆ ਰਹੀ ਆ ਕਿਉਂਕਿ ਫਲੈਟਾਂ ਨਹੀਂ ਚੱਲ ਰਹੀਆਂ। ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇੰਡੀਆ ਹਾਈ ਕਮਿਸ਼ਨ ਨੂੰ ਤਾਂ ਜੋ ਇਹਨਾਂ ਦਾ ਕੋਈ ਨਾ ਕੋਈ ਫਲੈਟ ਦਾ ਅਰੇਂਜ ਕਰਾਇਆ ਜਾਵੇ ਤਾਂ ਜੋ ਇਹ ਆਪਣੇ ਘਰ ਸਹੀ ਸਲਾਮਤ ਪਹੁੰਚ ਸਕਣ। ਅਤੇ ਬਾਕੀ ਮੈਂ ਗੱਲ ਕਰਦਾ ਸਾਡੇ ਭਾਅ ਜੀ ਲਾਲੀ ਬਟਾਲਾ ਭਾਅ ਜੀ ਆਸਟਰੇਲੀਆ ਤੋਂ, ਮੈਂ ਉਹਨਾਂ ਨੂੰ ਸਲੂਟ ਆ ਭਾਅ ਜੀ ਉਹਨਾਂ ਨੂੰ, ਕਿਉਂਕਿ ਬਹੁਤ ਵਧੀਆ ਸੋਸ਼ਲ ਮੀਡੀਆ 'ਤੇ ਕੰਮ ਕਰਦੇ, ਹੈਲਪਿੰਗ ਹੈਂਡ ਦਾ ਬਹੁਤ ਵਧੀਆ ਕੰਮ ਕਰਦੇ ਪਏ ਆ। ਉਹਨਾਂ ਨੇ ਪਿੱਛੇ ਵੀਡੀਓ ਪਾਈ ਸੀ ਇੱਕ, ਉਹ ਵੀਡੀਓ ਸੀ ਹੈਪੀ ਮਸੀਹ ਬਾਰੇ, ਜੋ ਕਿ ਇੰਡੀਆ ਤੋਂ ਆਇਆ ਸੀ ਆਪਣੇ ਮਲੇਸ਼ੀਆ ਦੇ ਵਿੱਚ ਗਲਤ ਏਜੰਡਾ ਥਰੂ ਆਣ ਕੇ ਫਸ ਗਿਆ, ਅਤੇ ਬਹੁਤ ਇੱਕ ਦੁੱਖ ਭਰੀ ਖਬਰ ਆ। ਉਹਦੇ ਮੰਮੀ ਡੈਡੀ ਡੈਥ ਹੋ ਗਈ ਸੀ, ਇਕੱਲਾ ਇਕੱਲਾ ਸੀ, ਅਤੇ ਉਹ ਮਲੇਸ਼ੀਆ ਦੇ ਵਿੱਚ ਕਮਾਉਣ ਵਾਸਤੇ ਆਇਆ ਸੀ, ਉਸ ਤੋਂ ਬਾਅਦ 'ਚ ਉਹਨੂੰ ਇਮੀਗ੍ਰੇਸ਼ਨ ਨੇ ਫੜ ਲਿਆ, ਅਤੇ ਅੱਜ 5 ਮਹੀਨੇ ਹੋ ਗਏ ਆ ਉਹ ਕੈਂਪ ਦੇ ਵਿੱਚ ਆ। ਅਤੇ ਉਹਦੇ ਬਾਰੇ ਸਾਨੂੰ ਸਾਰਾ ਪਤਾ ਲੱਗ ਚੁੱਕਾ ਆ, ਕਿੱਥੇ ਹੈਗਾ ਕਿੱਦਾਂ ਆ, ਅਤੇ ਸਿਰਫ ਉਹਦੀ ਵੀ ਅਸੀਂ ਸਿਰਫ ਟਿਕਟ ਬਾਕੀ ਰਹਿ ਗਈ ਹੈ। ਅਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਪਲੀਜ਼ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ, ਇੰਡੀਆ ਹਾਈ ਕਮਿਸ਼ਨ ਤੱਕ ਜ਼ਰੂਰ ਪਹੁੰਚਾਇਓ, ਤਾਂ ਜੋ ਜਿਹੜੇ ਕੁੜੀਆਂ ਮੁੰਡੇ ਜਿਹੜੇ ਮਲੇਸ਼ੀਆ ਜੇਲ੍ਹਾਂ ਕੈਂਪਾਂ ਦੇ ਵਿੱਚ ਫਸੇ ਪਏ ਆ, ਜਿਨ੍ਹਾਂ ਦੀ ਸਜ਼ਾ ਵੀ ਪੂਰੀ ਹੋ ਗਈ ਆ, ਉਹ ਆਪਣੇ ਘਰ ਤੱਕ ਪੰਜਾਬ ਪਹੁੰਚ ਸਕਣ। ਮੈਨੂੰ ਉਮੀਦ ਆ ਇਹ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਤਾਂ ਜੋ ਕੁੜੇ ਕੁੜੀਆਂ ਮੁੰਡੇ ਮਲੇਸ਼ੀਆ ਜੇਲ੍ਹ 'ਚ ਬਚੇ ਆ ਉਹ ਆਪਣੇ ਘਰ ਤੱਕ ਪਹੁੰਚ ਸਕੇ। ਅਤੇ ਇਹ ਵੀਡੀਓ ਦੇ ਪਿੱਛੇ ਮੇਰਾ ਕੰਟੈਕਟ ਨੰਬਰ ਵੀ ਹੈਗਾ ਆ, ਜੇ ਕੋਈ ਮੇਰੇ ਨਾਲ ਕੰਟੈਕਟ ਕਰਨਾ ਚਾਹੁੰਦਾ ਉਹ ਵੀ ਕਰ ਸਕਦਾ ਆ। ਇਹ ਵੀਡੀਓ ਪਿੱਛੇ ਕੁਛ ਮੈਂ ਫੋਟੋਆਂ ਲਾਈਆਂ ਕਿਉਂਕਿ ਵੀਡੀਓ ਲਾਉਣ ਲੱਗਾ ਅਤੇ ਬਹੁਤ ਲੰਬੀ ਚੱਲ ਜਾਣੀ ਵੀਡੀਓ, ਇਸ ਕਰਕੇ ਅਸੀਂ ਫੋਟੋਆਂ ਲਾਈਆਂ ਹੋਈਆਂ ਆ ਜਿਹੜੀਆਂ ਇੰਡੀਆ ਤੋਂ ਉਹਨਾਂ ਦੀਆਂ ਫੈਮਲੀਆਂ ਨੇ ਘੱਲੀਆਂ, ਉਹ ਤੁਸੀਂ ਆਹ ਵੀ ਦੇਖ ਕੇ ਹਾਲਾਤ ਤੁਸੀਂ ਦੇਖ ਸਕਦੇ ਆ। ਅਤੇ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਜਿੰਨੇ ਵੀ ਮੇਰੇ ਵੀਰੇ ਸਾਰੇ ਵੀਡੀਓ ਨੂੰ ਦੇਖਦੇ ਪਏ ਆ, ਅਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ।